ਜਿਨ੍ਹਾਂ ਕੋਲ ਪੈਸਾ ਹੁੰਦਾ ਨਾ ਉਹ ਪੈਸੇ ਦੀ ਪਰਵਾਹ ਨਹੀਂ ਕਰਦੇ। ਤਾਂ ਜੀ ਤੈਨੂੰ ਮੈਂ ਕਹਿੰਦਾ ਹੈ ਕਿ ਤੂੰ ਵੀ ਕੈਨੇਡਾ ਚਲੇ ਜਾ। ਬਾਪੂ ਬਾਪੂ ਜੀ ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਮੈਂ ਕੈਨੇਡਾ ਨਹੀਂ ਜਾਣਾ ਨਹੀਂ ਜਾਣਾ ਨਹੀਂ ਜਾਣਾ। ਫਿਰ ਇੱਕੋ ਗੱਲ ਮੇਰੇ ਨਾਲ ਬਦਤਮੀਜ਼ੀ ਨਾਲ ਗੱਲ ਹੋ ਜਾਏ। ਅਗਰ ਤੁਹਾਨੂੰ ਕਹਿਤਾ ਹੈ ਜਾਣਾ ਤਾਂ ਜਾਣਾ ਹੈ। ਬਾਪੂ ਜੀ ਮੇਰੀ ਗੱਲ ਸੁਣੋ, ਮੈਂ ਉਰੇ ਰਹਿ ਕੇ ਖੇਤੀ ਕਰਨਾ ਚਾਹੁੰਦਾ ਨਾ ਕਿ ਉੱਥੇ ਜਾ ਕੇ ਗੁਲਾਮੀ। ਇੱਥੇ ਕੀ ਕਰ ਰਹੇ ਤੂੰ ਹੈ ਕੀ ਕਰ ਰਹੇ ਤੂੰ? ਬਾਪੂ ਸਾਡੇ ਕੋਲ ਪੁਰਖਾ ਦੀ ਜ਼ਮੀਨ ਹੈ, ਮੈਂ ਉੱਥੇ ਖੇਤੀ ਕਰੂੰਗਾ। ਮੈਂ ਸਭ ਕੁਝ ਸੋਚਿਆ ਹੋਇਆ ਕਿਵੇਂ ਕੀ ਕਰਨਾ, ਕਿਸ ਕਿੱਲੇ 'ਚ ਕਿਹੜੀ ਸਬਜ਼ੀ ਉਗਾਉਣੀ, ਔਰਗੈਨਿਕ ਖੇਤੀ ਕਰਨੀ ਹੈ। ਇੰਨੀ ਤਕਨੀਕ ਸਹੀ ਹੈ, ਜੇ ਆਪਾਂ ਨਹੀਂ ਵਰਤੂਗੇ ਫਿਰ ਹੋਰ ਕੌਣ ਵਰਤੂਗਾ? ਓਏ ਪੁੱਤ ਮੇਰਿਆ, ਇਹ ਗੱਲਾਂ ਸਿਰਫ ਕਿਤਾਬਾਂ 'ਚ ਚੰਗੀਆਂ ਲੱਗਦੀਆਂ ਨੇ, ਪ੍ਰੈਕਟੀਕਲ ਨਹੀਂ। ਬਾਪੂ ਜੀ ਤੁਹਾਨੂੰ ਕੀ ਲੱਗਦਾ ਮੈਂ ਐਵੇਂ ਹਵਾ 'ਚ ਗੱਲਾਂ ਮਾਰਦਾ? ਇੰਨੇ ਸਾਲ ਮੈਂ ਐਗਰੀਕਲਚਰ ਦੀ ਪੜ੍ਹਾਈ ਕੀਤੀ ਹੈ ਆਪਣੀ ਖੇਤੀ ਕਰਨ ਲਈ, ਉੱਥੇ ਜਾ ਕੇ ਭਾਂਡੇ ਮਾਂਜ ਲਈਏ? ਨਹੀਂ, ਮੈਂ ਕਹਿਤਾ ਨਾ ਤੂੰ ਇੱਥੇ ਨਹੀਂ ਰਹਿਣਾ। ਬਾਪੂ ਜੀ ਤੁਸੀਂ ਵੀ ਹੋਰਾਂ ਵਾਂਗੂ ਸੋਚਣ ਲੱਗ ਗਏ, ਇੱਕ ਵਾਰ ਆਪਣੇ ਪੁੱਤ ਤੇ ਭਰੋਸਾ ਤਾਂ ਕਰਕੇ ਦੇਖੋ, ਇੱਕ ਮੌਕਾ ਤਾਂ ਦੇ ਦਿਓ। ਮੇਰਾ ਮੈਂ ਤੈਨੂੰ ਤਾਂ ਕਹਿੰਦਾ ਹੈ ਕਿ ਤੂੰ ਕੱਲ ਨੂੰ ਮੈਨੂੰ ਦੋਸ਼ ਨਾ ਦੇਵੇ ਕਿ ਤੈਨੂੰ ਮੈਂ ਮੌਕਾ ਨਹੀਂ ਦਿੱਤਾ। ਬਾਪੂ ਜੀ ਮੈਨੂੰ ਸਿਰਫ 6 ਮਹੀਨੇ ਦੇ ਦਿਓ, ਜੇ ਮੈਂ 6 ਮਹੀਨੇ 'ਚ ਪੈਰਾਂ 'ਤੇ ਨਾਲਾ ਖਲੋ ਪਾਇਆ ਉਸੇ ਦਿਨ ਮੈਨੂੰ ਬਾਹਰ ਘੱਲ ਦਿਓ। ਠੀਕ ਹੈ ਬਾਈ, ਜੇ ਤੇਰੇ ਇਹੀ ਕਰਨਾ ਚਾਹੁੰਦਾ ਤੂੰ ਕਰ ਲੈ। ਇਹ ਹੋਈ ਨਾ ਗੱਲ।